ਕਸ਼ਪ ਰਾਜਪੂਤ ਸਭਾ ਮੁਕਤੀ ਬਾਜ਼ਾਰ ਮੈਂ ਤਾਂ ਕਿ ਸਾਡੀ ਇਹ ਡਿਮਾਂਡ ਹੈ ਕਿ ਜਿਹੜੀ ਇਹ ਅੱਜ ਰਿਜ਼ਰਵੇਸ਼ਨ ਅਸੀਂ 8% ਦੇਣ, ਅਸੀਂ ਚਾਹੁੰਦੇ ਹਾਂ ਕਿ ਉਹਦੇ ਕੰਨਾਂ ਸਾਡੀ ਬਾਗੇਦਾਰੀ 7 ਸੀਟਾਂ ਬਣਦੀਆਂ ਹਨ ਅਤੇ ਅਸ ਤਮਾਮ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਹਨ ਜੰਮੂ ਕਸ਼ਮੀਰ 'ਚ ਸਾਰੇ ਹੀ ਆਵਾਜ਼ ਆ ਅਤੇ ਅਸੀਂ ਕਿ ਜਿਹੜਾ ਵੀ ਪੋਲੀਟੀਕਲ ਰਿਜ਼ਰਵੇਸ਼ਨ ਦਿਆਗਾ ਸਾਡੇ ਲੋਕਾਂ ਨੂੰ ਮੈਂਡੇਟ ਦਿਆਗਾ ਅਸੀਂ ਉਹਦੇ ਕੰਨਾਂ ਬਣ ਚੜ੍ਹ ਕੇ ਲਾਂਗੇ ਕਿਉਂਕਿ ਅਸੀਂ ਹਮੇਸ਼ਾ ਕਈ ਸਾਲੇ ਪਿਛੜੇ ਦੇ ਲੋਕਾਂ ਇਹਦੇ ਕੰਨਾਂ ਅਸੀਂ ਕੀ ਪੋਲੀਟੀਕਲ ਰਿਜ਼ਰਵੇਸ਼ਨ ਕਿਉਂਕਿ ਮੈਂ ਤੁਸੀਂ ਅਸੀਂ ਕੀ ਉਹਦੇ 'ਚ ਵੀ ਜਿਹੜੀ ਲੋਕਲ ਬਾਡੀਜ਼ ਵੀ 243 T6 ਔਰ D6 ਵੀ ਉਹਦੇ 'ਚ ਸੰਵਿਧਾਨ 'ਚ ਲਿਖਿਆ ਹੋਇਆ ਕਿ ਅਸੀਂ ਕਿ ਉਹਦੇ 'ਚ ਅਰਬਨ ਡਿਵੈਲਪਮੈਂਟ ਅਰਬਨ ਲੋਕਲ ਬਾਡੀ 'ਚ ਬਾਗੇਦਾਰੀ ਲੇਕਿਨ ਅੱਜ ਤੱਕ ਸਾਥੀ ਹੋ ਅਸੀਂ 60-70 ਸਾਲ ਹੋ ਗਏ ਕੋਈ ਬਾਗੇਦਾਰੀ ਨਹੀਂ ਮਿਲੀ ਅੱਜ ਲਖਨਪੁਰ ਤੋਂ ਲੈ ਕੇ ਬਨਾਲ ਤੱਕ ਤੁਸੀਂ ਚਲੇ ਜਾਓ ਕੋਈ ਇੱਕ ਵੀ ਪੈਂਚ ਸਰਪੰਚ ਨਹੀਂ ਸਰ ਦਿੱਤਾ ਅਤੇ ਇਸ ਕਰਕੇ ਅਸ ਸਾਡੇ ਲੋਕ ਇਹ ਚਾਹੁੰਦੇ ਨੇ ਉਸ ਦਾ ਸਵਾਗਤ ਕਰਨਗੇ ਪੋਲੀਟੀਕਲ ਪਾਰਟੀ ਕਿ ਅਸ ਚਾਹੁੰਦੇ ਹਾਂ ਕਿ ਜਿਹੜੇ ਸਾਡੇ 50 ਕੋਲੋਂ ਉੱਪਰ ਪਾਪੂਲੇਸ਼ਨ ਹੈ ਸਾਡੀ ਅਤੇ ਅਸੀਂ ਕੀ 27% ਨਹੀਂ ਤਾਂ ਲੇਕਿਨ ਜਿਹੜੀ ਇਹਨੇ ਅੱਜ ਤੱਕ 27% ਡਿਮਾਂਡ ਕਰਦੇ ਸਰ 27% ਅਗਰ ਸਾਰੇ ਹਿੰਦੁਸਤਾਨ 'ਚ ਲਾਗੂ ਹੈ ਅਤੇ ਇੱਥੇ ਸਾਥੀ ਉਹ 4% ਕਦੇ 8% ਲੇਕਿਨ 8% ਕੰਨਾਂ ਵੀ ਸਾਡੀਆਂ ਓ ਬੀ ਸੀ ਦੀਆਂ 7 ਸੀਟਾਂ ਮਿਲਦੀਆਂ ਬਣਦੀਆਂ ਹਨ ਅਤੇ ਉਹਦੇ 'ਚ ਅਸੀਂ ਬਾਗੇਦਾਰੀ ਦਿੱਤੀ ਜਾ ਤਾਂ ਕਿ ਅਸ ਉਸ ਫਿਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ ਕਿਹੜੀ ਪੋਲੀਟੀਕਲ ਪਾਰਟੀ ਸਾਰੇ ਆਖਦੇ ਨੇ ਅਸੀਂ ਓ ਬੀ ਸੀ ਲਈ ਉਸਤਾਨ ਲਈ ਕਰ ਰਹੇ ਹਾਂ ਅਸੀਂ ਓ ਬੀ ਸੀ ਲਈ ਇਹ ਕਰ ਰਹੇ ਹਾਂ ਤਾਂ ਪ੍ਰੈਕਟੀਕਲ ਹੁਣ ਆਈ ਗੱਲ ਅਤੇ ਹੁਣ ਪਤਾ ਤਾਂ ਲੱਗੇਗਾ ਕਿ ਜਿਹੜੇ ਵੀ ਲੋਕ ਜਿਹੜੀ ਵੀ ਪਾਰਟੀ ਅਸੀਂ ਕਿ ਬੈਂਡਡ ਓ ਬੀ ਸੀ ਸਮਾਜ ਕੀ ਦੇਗ ਅਸੀਂ ਉਹਦੇ ਕੰਨਾਂ ਛਾਨਾ ਬਛਾਨਾ ਲਈ ਤਿਆਰ ਹਾਂ।